ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੈਫੇ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਬੰਬ ਜੱਟ ਦੇ ਨਾਲ ਯਾਨੀ ਅੰਮ੍ਰਿਤ ਮਾਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਬਹੁਤ ਵਧੀਆ ਜੀ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਕੈਫੇ ਪੰਜਾਬੀ ਦੇ ਸ਼ੋਅ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਸੋ ਮਚ ਵੈਸੇ ਨਾ ਅਸੀਂ ਅੰਮ੍ਰਿਤ ਮਾਨ ਨੂੰ ਇੱਕ ਪੰਜਾਬੀ ਇੰਡਸਟਰੀ ਦਾ ਹਿੱਟ ਮਸ਼ੀਨ ਵੀ ਕਹਿ ਸਕਦੇ ਹਾਂ ਹਨਾ ਕਿਉਂਕਿ ਬੰਬ ਜੱਟ ਆਇਆ ਬਹੁਤ ਹਿੱਟ ਗਿਆ ਲਾਸਟ ਉਹਦਾ ਪੈਗ ਦੀ ਵਾਸ਼ਨਾ ਉਹ ਤਾਂ ਮਤਲਬ ਬਾਲਾ ਹੀ ਹਿੱਟ ਚੱਲ ਗਿਆ ਵਾ ਹਨਾ ਤੇ ਇਹਦਾ ਤੁਹਾਡਾ ਕੀ ਮੰਤਰ ਹੈ ਕਿ ਤੁਸੀਂ ਹਰ ਗੀਤ ਹਿੱਟ ਦੇ ਰਹੇ ਹੋ ਇਹਦਾ ਕਹਿੰਦੇ ਹੁੰਦੇ ਸਕਸੈਸ ਦਾ ਕੋਈ ਸਕਸੈਸ ਮੰਤਰਾ ਨਹੀਂ ਹੁੰਦਾ ਕੋਈ ਸ਼ਾਰਟਕਟ ਨਹੀਂ ਹੁੰਦੇ ਬਸ ਇਹਨਾਂ ਕਿ ਕੋਸ਼ਿਸ਼ ਕਰੀਦੀ ਆ ਆਪਦੇ ਵੱਲੋਂ ਟਰਾਈ ਕਰੀਦੀ ਆ ਸਾਰਿਆਂ ਨਾਲ ਸਲਾਹ ਕਰਕੇ ਸਾਰੇ ਯਾਰਾਂ ਮਿੱਤਰਾਂ ਨੂੰ ਗਾਣੇ ਸੁਣਾ ਕੇ ਜਿਹੜੇ ਇੰਡਸਟਰੀ ਦੇ ਵਿੱਚ ਵੀ ਇੱਕ ਦੋ ਕਲੋਜ਼ ਜਿਹੜੇ ਮੇਰੇ ਹੈਗੇ ਆ ਪਹਿਲਾਂ ਗਾਣੇ ਨੂੰ ਆਪਾਂ ਉਸ ਜਿਹੜੀ ਕਹਿੰਦੇ ਹੁੰਦੇ ਨਾ ਪ੍ਰੀਖਿਆ ਵਿੱਚ ਦੀ ਟਪਾਈ ਦਾ ਗਾਣੇ ਨੂੰ ਫਿਰ ਉਹ ਆਈਡੀਆ ਜਿਹਾ ਲਾ ਲਈਦਾ ਕਿ ਇੰਨਾ ਕੁ ਗਾਣਾ ਇੰਨੇ ਜੇ ਪਸੰਦ ਕਰ ਰਿਹਾ ਤਾਂ ਉਹਨੂੰ ਰਿਲੀਜ਼ ਕਰਨਾ ਚਾਹੀਦਾ ਸੋ ਕਦੇ ਵੀ ਮੈਂ ਆਪਦੀ 100% ਰਾਏ ਨਹੀਂ ਰੱਖਦਾ 50 ਰੱਖਦਾ 50 ਮੈਂ ਆਪਦੇ ਨਾਲ ਦਿਆਂ ਦੀ ਰੱਖਦਾ ਤਾਂ ਮੈਂ ਜੇ ਗਾਣੇ ਹਿੱਟ ਹੋਏ ਨੇ ਤਾਂ ਮੈਂ ਆਪਦੇ ਫਰੈਂਡਸ ਦਾ ਗੁਰੂ ਮਹਾਰਾਜ ਦਾ ਤਾਂ ਚਲੋ ਹੱਥ ਹੈਗਾ ਹੀ ਆ ਪਰ ਮੈਂ ਆਪਦੇ ਦੋਸਤਾਂ ਦਾ ਬੜਾ ਇਹਦੇ ਵਿੱਚ ਕਹਿਣਾ ਜੀ ਹੱਥ ਹੈ ਉਹਨਾਂ ਦਾ ਗਾਣੇ ਜੀ ਜੇ ਤੁਹਾਡੇ ਪਹਿਲੇ ਗੀਤ ਦੀ ਗੱਲ ਕਰੀਏ ਹੁਣ ਪਹਿਲੇ ਗੀਤ ਤੋਂ ਲੋਗੋ ਮੁੱਛਦੇ ਤੱਕ ਠੀਕ ਹੈ ਤੁਹਾਡਾ ਸਫ਼ਰ ਕਿੰਨਾ ਕੁ ਅੰਮ੍ਰਿਤ ਮਾਨ ਦੇ ਵਿੱਚ ਪਰਸਨਲੀ ਚੇਂਜ ਆਇਆ ਹੈ ਪਰਸਨਲੀ ਮੇਰੇ ਹਿਸਾਬ ਨਾਲ ਚੇਂਜ ਪੋਜ਼ਿਟਿਵ ਆਇਆ ਜੀ ਕਿਉਂਕਿ ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਆਉਂਦੇ ਹੋ ਜਦੋਂ ਤੁਹਾਡੇ ਸਟਾਰਟਿੰਗ ਦੇ ਵਿੱਚ ਗੀਤ ਆਉਂਦੇ ਆ ਅਤੇ ਉਹ ਹਿੱਟ ਹੋ ਜਾਂਦੇ ਆ ਤੁਹਾਡਾ ਜਿਹੜੀ ਡਾਈਜੈਸ਼ਨ ਪਾਵਰ ਹੈ ਉਹ ਤੁਹਾਨੂੰ ਜ਼ਿਆਦਾ ਚਾਹੀਦੀ ਹੈ ਬਿਕੋਜ਼ ਇੱਕੋ ਦਮ ਲੋਕ ਤੁਹਾਨੂੰ ਪਸੰਦ ਕਰਨ ਲੱਗ ਜਾਂਦੇ ਆ ਇੱਕੋ ਦਮ ਲੋਕ ਤੁਹਾਨੂੰ ਪਛਾਣਨ ਲੱਗ ਜਾਂਦੇ ਆ ਤੁਹਾਡੀ ਗੱਲ ਨੋਟਿਸ ਹੋਣ ਲੱਗ ਜਾਂਦੀ ਹੈ ਕਈ ਵਾਰੀ ਜਦੋਂ ਆਪਾਂ ਇੰਡਸਟਰੀ 'ਚ ਆਏ ਹੁੰਦੇ ਹਾਂ ਇੱਕ ਅੱਧਾ ਗੀਤ ਜਦੋਂ ਆਪਣਾ ਸਟਾਰਟਿੰਗ 'ਚ ਚੱਲਦਾ ਲੋਕ ਪਛਾਣਨ ਲੱਗ ਜਾਂਦੇ ਆ ਸਮਟਾਈਮ ਕੀ ਹੁੰਦਾ ਕਿ ਉਹ ਮੈਚਿਓਰਿਟੀ ਲੈਵਲ ਨਹੀਂ ਓਡਾ ਹੁੰਦਾ ਚਾਹੇ ਤੁਹਾਡਾ ਨਾਮ ਬਣ ਜਾਂਦਾ ਪਰ ਮੈਚਿਓਰਿਟੀ ਲੈਵਲ ਲੇਟ ਆਉਂਦਾ ਸੋ ਮੈਨੂੰ ਲੱਗਦਾ ਪਿਛਲੇ 4 ਸਾਲ ਦੇ ਵਿੱਚ ਮੈਂ ਇਹੀ ਸਿੱਖਿਆ ਕਿ ਆਪਦੇ ਆਪ ਨੂੰ ਕਿਵੇਂ ਵੱਧ ਤੋਂ ਵੱਧ ਗਰਾਊਂਡਡ ਰੱਖ ਸਕਦੇ ਹਾਂ ਕਿਵੇਂ ਹੰਬਲ ਰਹਿ ਸਕਦੇ ਹਾਂ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਕਿਸੇ ਦਾ ਦਿਲ ਨਾ ਦਿਖਾਇਆ ਜਾਵੇ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅੱਜ ਅਸੀਂ ਇੰਟਰਵਿਊ ਰੇਡੀਓ ਦੀ ਕਰਦੇ ਪਏ ਸੀ ਉਹਨਾਂ ਨੇ ਕਿਹਾ ਸੀ ਕਿ ਆਸਮਾਨ ਨੂੰ ਛੂਹਣਾ ਹੀ ਇਕੱਲਾ ਸਕਸੈਸ ਨਹੀਂ ਹੁੰਦੀ ਆਸਮਾਨ ਨੂੰ ਛੂਹਣਾ ਅਤੇ ਪੈਰ ਧਰਤੀ 'ਤੇ ਰੱਖਣੇ ਦੋਨੇ ਚੀਜ਼ਾਂ ਜੇ ਬਰਾਬਰ ਚੱਲਣ ਤਾਂ ਉਹ ਇੱਕ ਸਕਸੈਸ ਆਪਾਂ ਕਹਿ ਸਕਦੇ ਹਾਂ ਬਸ ਇਹੀ ਕੋਸ਼ਿਸ਼ ਹੈ 4 ਸਾਲ ਨੇ ਚੇਂਜ ਮੇਰੇ 'ਚ ਇਹ ਆਈ ਆ ਬਹੁਤ ਚੀਜ਼ਾਂ ਰੀਅਲਾਈਜ਼ ਹੋਈਆਂ ਲਾਈਫ ਬਾਰੇ ਇੰਡਸਟਰੀ ਬਾਰੇ ਬਹੁਤ ਚੀਜ਼ਾਂ ਸਾਹਮਣੇ ਆਈਆਂ ਕਿ ਨਹੀਂ ਇੱਦਾਂ ਨਹੀਂ ਇੱਦਾਂ ਹੁੰਦਾ ਸੋ ਬਸ ਤੁਹਾਡੇ ਸਾਹਮਣੇ ਤੇ ਹੁਣ ਤੁਹਾਡਾ ਗੀਤ ਲੋਗੋ ਮੁੱਛਦੇ ਬਾਰੇ ਗੱਲ ਕਰਦੇ ਹਾਂ ਹੁਣ ਇਹ ਹਾਲ ਹੀ ਵਿੱਚ ਲੌਂਗ ਲਾਚੀ ਫਿਲਮ ਵਿੱਚ ਆਇਆ ਹੈ ਠੀਕ ਹੈ ਪਹਿਲਾਂ ਤਾਂ ਇਹੀ ਮੈਂ ਤੁਹਾਡੇ ਤੋਂ ਡਿਫਰੈਂਸ ਪੁੱਛਣਾ ਚਾਹਾਂਗੀ ਕਿ ਸਿੰਗਲ ਟਰੈਕ ਕਰਨ ਵਿੱਚ ਅਤੇ ਇੱਕ ਫਿਲਮ ਨੂੰ ਗਾਣਾ ਦੇਣ ਵਿੱਚ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਫਰਕ ਹੁੰਦਾ ਜੀ ਸਿੰਗਲ ਟਰੈਕ ਦੇ ਵਿੱਚ ਸਿਰਫ ਇੱਕ ਗਾਣੇ 'ਤੇ ਜ਼ੋਰ ਦਿੱਤਾ ਜਾਂਦਾ ਤੁਹਾਨੂੰ ਪਤਾ ਹੁੰਦਾ ਹੈ ਏਮ ਤੁਹਾਡਾ ਕਲੀਅਰ ਹੁੰਦਾ ਕਿ ਮੈਂ ਇਸ ਗਾਣੇ 'ਤੇ 10-15 ਦਿਨ ਬਹੁਤ ਜ਼ੋਰ ਲਾਉਣਾ ਆਪਣਾ ਗਾਣਾ ਪਹੁੰਚਦਾ ਕਰਨਾ ਆਡੀਅੰਸ ਤੱਕ ਕਿਉਂਕਿ ਬਿਜ਼ੀ ਸਕੈਜੂਲ ਹੁੰਦਾ ਸਭ ਦਾ ਐਵਰੀਬਡੀ ਇਜ਼ ਬਿਜ਼ੀ ਲਾਈਫ ਸਾਈਕਲ ਬੜਾ ਫਾਸਟ ਹੋਇਆ ਪਿਆ ਕਿਸੇ ਕੋਲ ਇੰਨਾ ਟਾਈਮ ਨਹੀਂ ਗਾ ਕਿ ਉਹ ਸਪੈਸ਼ਲੀ ਕੋਈ ਚੀਜ਼ ਸੁਣਨ ਉਹਨਾਂ ਤੱਕ ਪਹੁੰਚਾਉਣੀ ਪੈਂਦੀ ਹੈ ਸਟ੍ਰੈਟਜੀ ਹੁੰਦੀਆਂ ਪ੍ਰਮੋਸ਼ਨਸ ਹੁੰਦੀਆਂ ਪਰ ਫਿਲਮ ਦੇ ਵਿੱਚ ਕੀ ਹੁੰਦਾ ਬੇਸਿਕ ਜਿਹੜੀ ਕੰਸਨਟ੍ਰੇਸ਼ਨ ਫਿਲਮ ਵੱਲ ਹੁੰਦੀ ਹੈ ਜੀ ਮਿਊਜ਼ਿਕ ਇੱਕ ਉਹਦਾ ਗੱਡੀ ਦੇ ਚੱਕੇ ਦਾ ਕੰਮ ਕਰਦਾ ਇੱਕ ਟਾਇਰ ਦਾ ਕੰਮ ਕਰਦਾ ਮਿਊਜ਼ਿਕ ਇੱਕ ਪਾਰਟ ਹੋ ਜਾਂਦਾ ਮੂਵੀ ਦਾ ਜੀ ਉਹਦੇ ਵਿੱਚ ਕੀ ਹੁੰਦਾ ਇੱਕ ਮੂਵੀ ਦੇ ਵਿੱਚ 4 ਤੋਂ 5 ਗੀਤ ਹੁੰਦੇ ਆ ਜੀ ਉਹ ਸਾਰਿਆਂ ਨੇ ਪ੍ਰੋਪਰ ਵਿੰਡੋ ਦੇ ਤਹਿਤ ਰਿਲੀਜ਼ ਹੋਣਾ ਹੁੰਦਾ ਜੀ 6-6 ਦਿਨਾਂ ਬਾਅਦ ਇੱਕ ਗੀਤ ਲਿਆਉਣਾ ਹੁੰਦਾ ਇੱਕ ਗੀਤ ਆਇਆ 6 ਦਿਨਾਂ ਬਾਅਦ ਅਗਲੇ ਗੀਤ ਨੇ ਜਗ੍ਹਾ ਲੈ ਲਈ 6 ਦਿਨਾਂ ਬਾਅਦ ਫਿਰ ਲੈ ਲਈ ਉਹ ਇੱਕ ਗੀਤ 'ਤੇ ਉਨੀ ਕੰਸਨਟ੍ਰੇਸ਼ਨ ਨਾਲ ਉਹਨੇ ਲੈਵਲ ਨਾਲ ਜ਼ੋਰ ਨਹੀਂ ਲੱਗਦਾ ਆਰਟਿਸਟ ਖੁਦ ਵੀ ਨਹੀਂ ਲਾ ਸਕਦਾ ਬਿਕੋਜ਼ ਉਹਨੂੰ ਪਤਾ ਮੇਰਾ ਅਗਲਾ ਗਾਣਾ ਰਿਲੀਜ਼ ਹੋਣਾ ਉਹਨੂੰ ਛੱਡ ਕੇ ਦੂਜੇ ਵੱਲ ਹੋ ਜਾਂਦਾ ਆਡੀਅੰਸ ਨੂੰ ਵੀ ਹੁੰਦਾ ਫਿਲਮ ਦੇ 4-5 ਗੀਤ ਆ ਗਏ ਸੋ ਉਹਦੇ ਵਿੱਚ ਕੀ ਹੁੰਦਾ ਜੀ ਤੁਹਾਡਾ ਕੋਈ ਗਾਣਾ ਵਾਕਈ ਖੁਦ ਚੱਲਣ ਵਾਲਾ ਗੀਤ ਹੈ ਜਿਹੜਾ ਕਿਸਮਤ ਵੱਲੋਂ ਕਹਿ ਲਓ ਜਾਂ ਤੁਹਾਡਾ ਗਾਣਾ ਹੀ ਐਡਾ ਲੈਵਲ ਦਾ ਹੈ ਜਿਹੜਾ ਕਿ ਸਿੰਗਲ ਟਰੈਕ ਲੈਵਲ ਦਾ ਉਹ ਗਾਣਾ ਉੱਠ ਖੜਦਾ ਬਾਕੀ ਗਾਣੇ ਥੋੜ੍ਹੇ ਜਿਹੇ ਮੱਧਮ 'ਚ ਰਹਿ ਜਾਂਦੇ ਬਿਕੋਜ਼ ਮੂਵੀ ਦੇ ਵਿੱਚ ਗਾਣਿਆਂ ਦੇ ਨਾਲ ਨਾਲ ਹੋਰ ਬਹੁਤ ਚੀਜ਼ਾਂ 'ਤੇ ਪ੍ਰੋਮੋਸ 'ਤੇ ਤੁਹਾਨੂੰ ਜ਼ੋਰ ਲਾਉਣਾ ਪੈਂਦਾ ਪ੍ਰਮੋਸ਼ਨ 'ਤੇ ਤੁਸੀਂ ਚਲੇ ਜਾਂਦੇ ਹੋ ਥੋੜ੍ਹਾ ਜਿਹਾ ਉਹ ਫਰਕ ਰਹਿ ਜਾਂਦਾ ਪ੍ਰਮੋਸ਼ਨ ਦੇ ਵਿੱਚ ਫਰਕ ਰਹਿ ਜਾਂਦਾ ਅਤੇ ਗੱਲ ਕਰੀਏ ਨਾ ਤੁਸੀਂ ਕਿਹਾ ਕਿ ਬਹੁਤ ਘੱਟ ਸਮੇਂ ਵਿੱਚ ਕਹਿੰਦੇ ਨੇ ਨਾ ਕਿ ਗੀਤ ਆਉਂਦੇ ਪਏ ਨੇ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਹੈ ਨਾ ਅਤੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਜ਼ਰੂਰੀ ਹੋ ਗਿਆ ਹੁਣ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ 1 ਮਹੀਨੇ ਬਾਅਦ ਗੀਤ ਕੱਢਣਾ ਹੀ ਕੱਢਣਾ ਹੈ ਕਿ ਮਤਲਬ ਫੈਨਸ ਨੂੰ ਪਤਾ ਲੱਗਣਾ ਚਾਹੀਦਾ ਕਿ ਹਾਂ ਹਜੇ ਵੀ ਅਸੀਂ ਮਤਲਬ ਉਨਾ ਹੀ ਦਮ ਹੈ ਵਗੈਰਾ ਇਹ ਸਭ ਕਿੰਨਾ ਜ਼ਰੂਰੀ ਹੈ ਹੁਣ ਇਹ ਜ਼ਰੂਰੀ ਹੈ ਜੀ ਮੈਂ ਜਿੱਦਾਂ ਦੱਸ ਕੇ ਹਟਿਆਂ ਸਮਾਂ ਜਿਵੇਂ ਜਿਵੇਂ ਗਰੋ ਕਰ ਰਿਹਾ ਆਪਾਂ ਫੋਰਵਰਡ ਹੁੰਦੇ ਜਾਂਦੇ ਹਾਂ ਉਵੇਂ ਉਵੇਂ ਐਵਰੀਬਡੀ ਇਜ਼ ਗੈਟਿੰਗ ਬਿਜ਼ੀ ਐਂਡ ਬਿਜ਼ੀਅਰ ਕਹਿ ਸਕਦੇ ਹਾਂ ਤਾਂ ਉਹਦੇ ਨਾਲ ਕੀ ਹੈ ਕਿ ਆਰਟਿਸਟ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜ਼ਿਆਦਾਤਰ ਆਪਣੇ ਦਰਸ਼ਕਾਂ ਦੇ ਸਾਹਮਣੇ ਰਹਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮਹੀਨਾ ਮਹੀਨਾ ਨਹੀਂ ਮੈਂ 1.5-2 ਮਹੀਨੇ ਦਾ 3 ਮਹੀਨੇ ਦਾ ਗੈਪ ਰੱਖਦਾ ਗਾਣੇ 'ਚ ਬਿਕੋਜ਼ ਮੈਨੂੰ ਐਂ ਹੁੰਦਾ ਪਿਛਲਾ ਗਾਣਾ ਉਨਾ ਕੁ ਫੈਲ ਜਾਵੇ
ਉਹਤੇ ਕਲੀਅਰ ਟੈਗ ਲੱਗ ਜਾਵੇ, ਚਾਹੇ ਹਿੱਟ ਦਾ ਲੱਗੇ, ਫਲੋਪ ਦਾ ਲੱਗੇ, ਐਵਰੇਜ ਦਾ ਲੱਗੇ, ਮੈਨੂੰ ਪਤਾ ਹੋਵੇ ਮੇਰਾ ਗਾਣਾ ਕਿੱਦਾਂ ਦਾ ਰਿਹਾ, ਤਾਂ ਪੰਜਾਬੀ ਦੂਰ ਦੂਰ ਤੱਕ ਬੈਠੇ ਆ ਜੀ, ਕਈਆਂ ਨੂੰ ਮਹੀਨਾ 15 ਦਿਨਾਂ ਬਾਅਦ ਪਤਾ ਲੱਗਦਾ ਤੁਹਾਡਾ ਗੀਤ ਹੈ, ਤੁਹਾਨੂੰ ਐਂ ਹੁੰਦਾ ਯਾਰ ਮੇਰਾ ਤਾਂ ਹਿੱਟ ਹੋ ਗਿਆ, ਪਰ ਅੱਧਿਆਂ ਨੇ ਸੁਣਿਆ ਨਹੀਂ ਹੁੰਦਾ, ਅੱਧੇ ਮਹੀਨੇ ਬਾਅਦ ਸੁਣਦੇ ਆ, ਕਈ ਪਹਿਲੇ ਦਿਨ ਹੀ ਸੁਣ ਲੈਂਦੇ. ਸੋ ਆਈ ਥਿੰਕ ਜਿਹੜੀ ਮੇਰੀ ਥਿਊਰੀ ਹੈ ਕਿ ਥੋੜ੍ਹਾ ਜਿਹਾ ਟਾਈਮ ਦੇਣਾ ਚਾਹੀਦਾ, 2 ਮਹੀਨੇ ਦਾ ਗੈਪ ਵਿੱਚ ਹੋਵੇ. ਉਹਦੇ ਕਹਿਣ ਵਾਂਗੂ ਵੀ ਆਪਾਂ ਸਿਆਣੇ ਕਹਿੰਦੇ ਆ ਨਾ ਜੀ ਕਿ ਬਾਲਾ ਵੀ ਘਿਓ ਖਾਈ ਜਾਣਾ, ਉਹ ਵੀ ਨੁਕਸਾਨਦਾਇਕ, ਅਤੇ ਬਾਲੇ ਪਿੱਗ ਲਈ ਜਾਣੇ ਉਹ ਵੀ ਨੁਕਸਾਨਦਾਇਕ ਹੈ. ਇੱਕ ਬੈਲੈਂਸ ਹੁੰਦਾ ਤੁਸੀਂ ਕਦੋਂ ਲੋਕਾਂ ਦੇ ਸਾਹਮਣੇ ਆਉਣਾ. ਮੇਰੀ ਥਿਊਰੀ ਹੈ ਕਿ 2-2.5 ਮਹੀਨੇ ਦੇ ਗੈਪ ਦੇ ਵਿੱਚ ਗੀਤ ਆਉਣਾ ਚਾਹੀਦਾ. ਠੀਕ ਹੈ, ਅਤੇ ਲੋਕੋ ਮੁੱਛ ਦੇ ਵਿੱਚ ਤੁਹਾਡੇ ਨਾਲ ਕੰਮ ਕੀਤਾ ਜੀ ਨੀਰੂ ਬਾਜਵਾ ਨੇ. ਠੀਕ ਹੈ, ਨੀਰੂ ਬਾਜਵਾ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਲੇਡੀ ਸੁਪਰ ਸਟਾਰ ਹੈ ਸਾਡੀ ਪੰਜਾਬੀ ਇੰਡਸਟਰੀ ਦੀ, ਹੈ ਨਾ. ਉਹਨਾਂ ਨਾਲ ਕੰਮ ਕਰਕੇ ਕਿਵੇਂ ਦਾ ਲੱਗਾ, ਕਿਵੇਂ ਦਾ ਐਕਸਪੀਰੀਅੰਸ ਰਿਹਾ? ਦੇਖੋ ਜੀ, ਮੈਂ ਅੱਜ ਪਹਿਲੇ ਗੱਲ ਕਰਕੇ ਹਟਿਆ ਸੀ, ਮੈਂ ਆਪਦੇ ਗਾਣਿਆਂ ਦੇ ਵਿੱਚ ਕਹਿ ਲਓ ਜਾਂ ਮੂਵੀ 'ਚ ਮੈਂ ਮੇਰਾ ਕੀਤੀ ਸੀ, ਮੈਂ ਰੋਮਾਂਟਿਕ ਸੀਨ ਨਹੀਂ ਕੀਤੇ ਕਦੇ, ਬਹੁਤ ਘੱਟ ਕੀਤੇ. ਮੈਨੂੰ ਬੜੀ ਪ੍ਰੋਬਲਮ ਆਈ ਜਦੋਂ ਸਟਾਰਟਿੰਗ ਦੇ ਵਿੱਚ ਖੜੇ ਸੀ ਅਤੇ ਸ਼ੋਟ ਥੋੜ੍ਹਾ ਜਿਹਾ ਕੈਮਿਸਟਰੀ ਵਾਲਾ ਸੀ, ਗਾਣਾ ਥੋੜ੍ਹਾ ਜਿਹਾ ਕੈਮਿਸਟਰੀ ਵਾਲਾ ਡੂਇਟ ਗਾਣਾ ਸੀ. ਮੈਂ ਕਿਹਾ, ਫਿਰ ਮੈਂ ਕਹਿ ਹੀ ਦਿੱਤਾ ਉਹਨਾਂ ਨੂੰ, ਮੈਂ ਕਿਹਾ ਜੀ ਮੈਂ 4 ਹੋ ਗਏ ਮੈਂ ਇੱਦਾਂ ਦਾ ਸ਼ੋਟ ਨਹੀਂ ਕਰ ਦਿੱਤਾ, ਮੈਂ ਥੋੜ੍ਹਾ ਨਰਵਸ ਹਾਂ. ਫਿਰ ਉਹਨਾਂ ਨੇ ਜਿਵੇਂ ਇੱਕ ਵਧੀਆ ਕੋ ਐਕਟਰ ਕਲੀਗ ਹੋਣ ਦੇ ਦਾ ਜਿਵੇਂ ਐਕਸਪੀਰੀਅੰਸ ਨੇ, ਉਹਨਾਂ ਨੂੰ ਪਤਾ ਹੈ ਕਿਵੇਂ ਹੈਂਡਲ ਕਰਨੀ ਹੈ ਸਿਚੁਏਸ਼ਨ, ਤਾਂ ਉਹਨਾਂ ਨੇ ਬੜੇ ਆਰਾਮ ਨਾਲ ਮੈਨੂੰ ਕੰਫਰਟੇਬਲ ਕੀਤਾ ਕਿ ਨਹੀਂ ਅਮ੍ਰਿਤ ਤੁਹਾਡੀ ਮੈਂ ਦੇਖਿਆ ਕੰਮ, ਮੈਨੂੰ ਅੱਛਾ ਲੱਗਿਆ, ਸਭ ਠੀਕ ਹੈ, ਤੁਸੀਂ ਕਰ ਲਉਂਗੇ, ਨੋ ਪ੍ਰੋਬਲਮ, ਮੈਂ ਹੈਂਡਲ ਕਰ ਲਉਂਗੀ. ਮਤਲਬ ਉਹਨਾਂ ਨੇ 15-20 ਮਿੰਟ, ਅੱਧੇ ਘੰਟੇ ਦੇ ਵਿੱਚ ਮੈਨੂੰ ਕੰਫਰਟੇਬਲ ਕਰਤਾ. ਅਤੇ ਉਹਨਾਂ ਨਾਲ ਕੰਮ ਕਰਨਾ, ਦੇਖੋ ਪਿਛਲੇ 10 ਤੋਂ ਸੁਪਰ ਸਟਾਰ ਨੇ ਜੀ, ਉਹ ਹੈ ਨਾ ਜੀ, ਮੁਕਾਮ ਹਾਸਲ ਕੀਤੇ ਹੋਏ ਨੇ, ਆਪਣੇ ਆਪ ਨੂੰ ਸਾਬਤ ਕੀਤਾ, ਅਸੀਂ ਹਾਲੇ ਆਪਣੇ ਆਪ ਨੂੰ ਸਾਬਤ ਕਰ ਰਹੇ ਹਾਂ, ਡਿਫਰੈਂਸ ਬਹੁਤ ਆ. ਸੋ ਨਰਵਸ ਸੀਗਾ ਜੀ. ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ. ਸਵਾਗਤ ਹੈ ਤੁਹਾਡੇ ਸਾਰਿਆਂ ਦਾ ਬ੍ਰੇਕ ਤੋਂ ਬਾਅਦ. ਕਹਿੰਦੇ ਨੇ ਨਾ ਕਿ ਸਿੰਗਲ ਟਰੈਕਸ ਤਾਂ ਚਲੋ ਆਉਂਦੇ ਹੀ ਨੇ, ਤੁਸੀਂ ਇਹਦੇ ਵਿੱਚ ਮੰਨਤ ਨੂਰ ਜੀ ਦੇ ਨਾਲ ਗੀਤ ਮਤਲਬ ਗਾਇਆ ਹੈ, ਅਤੇ ਪਹਿਲਾਂ ਜੈਸਮਿਨ ਸੈਂਟਸ ਦੇ ਨਾਲ ਗਾਇਆ ਸੀ, ਹੈ ਨਾ. ਸਿੰਗਲ ਟਰੈਕਸ ਦੇ ਜ਼ਮਾਨੇ ਵਿੱਚ ਜਦੋਂ ਡੁਇਟ ਆਉਂਦਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਆਡੀਅੰਸ ਵੱਲੋਂ ਉਹਨੂੰ ਵੀ ਪਰਵਾਹ ਹੁੰਗਾਰਾ ਮਿਲੇਗਾ? ਜਦੋਂ ਸਿੰਗਲ ਟਰੈਕ ਤੁਸੀਂ ਕਹਿੰਦੇ ਹੋ, ਸਿੰਗਲ ਟਰੈਕ ਫਿਰ ਡੁਇਟ ਆਉਂਦਾ, ਇੱਕ ਫਲੇਵਰ ਡਿਫਰੈਂਟ ਹੋ ਜਾਂਦਾ ਜੀ. ਜਿਵੇਂ 3 ਗਾਣੇ ਮੇਰੇ ਸੋਲੋ ਆ ਗਏ, ਤਾਂ ਇੱਕ ਵਿੱਚ ਡੁਇਟ ਕਰਤਾ, ਲੋਕਾਂ ਨੂੰ ਲੱਗਦਾ ਯਾਰ ਕੁਛ ਡਿਫਰੈਂਟ ਹੋਊਗਾ. ਮਤਲਬ ਐਂਡ ਆਫ ਦਾ ਡੇ ਵਰਸਟਾਈਲ ਕਿੰਨੇ ਕੋ ਤੁਸੀਂ ਉਹ ਡਿਪੈਂਡ ਕਰਦਾ ਕਿ ਤੁਸੀਂ ਹੁਣ ਜਿੱਦਾਂ ਹੁਣ ਮੇਰਾ ਅਗਲਾ ਗੀਤ ਟ੍ਰੈਂਡਿੰਗ ਨਖਰਾ ਜਿਹੜਾ ਹੁਣ ਆਇਆ, ਹੁਣ ਉਹ ਇੱਦਾਂ ਦਾ ਗੀਤ ਮੇਰਾ ਕਦੇ ਪਹਿਲਾਂ ਆਇਆ ਨਹੀਂ ਸੀਗਾ. ਕੀ ਹੁੰਦਾ, ਵਰਸਟਾਈਲ ਹੋਣਾ ਜ਼ਰੂਰੀ ਹੁੰਦਾ ਕਿ ਇੱਕ ਯਾਰ ਚੱਕਵਾਂ ਗਾਣਾ ਕਰ ਲਿਆ, ਇੱਕ ਸਾਈਡ ਕਰ ਲਿਆ, ਹੁਣ ਇੱਕ ਡਿਊਟ ਕਰ ਲਈਏ. ਸੋ ਆਰਟਿਸਟ ਨੂੰ ਹੁੰਦਾ ਕਿ ਤਰ੍ਹਾਂ ਤਰ੍ਹਾਂ ਦਾ ਰੰਗ ਦੇਈ ਜਾਵਾਂ, ਹੁੰਗਾਰਾ ਬਰਾਬਰ ਹੀ ਮਿਲਦਾ ਜੀ. ਜੇ ਤੁਹਾਡਾ ਗਾਣਾ ਚੰਗਾ, ਡਿਊਟ ਨੇ ਵੀ ਉਨਾ ਹੀ ਚੱਲਣਾ, ਸੋਦਾ ਨੇ ਵੀ. ਜੀ ਜੀ, ਚੰਨਾ ਮੇਰਿਆ ਦੇ ਵਿੱਚ ਤੁਸੀਂ ਇੱਕ ਵਿਲਨ ਦਾ ਰੋਲ ਕੀਤਾ ਸੀ, ਹੈ ਨਾ. ਹੁਣ ਕੀ ਅਸੀਂ ਅੰਮ੍ਰਿਤ ਮਾਨ ਨੂੰ ਹੀਰੋ ਦੇ ਰੋਲ ਵਿੱਚ ਵੇਖਾਂਗੇ? ਬਿਲਕੁਲ ਜੀ. ਮੈਂ ਹੁਣ ਖੁਸ਼ਖਬਰੀ, ਹਜੇ ਮੈਂ ਨਾਮ ਨਹੀਂ ਦੱਸ ਸਕਦਾ ਮੂਵੀ ਦਾ, ਸ਼ੂਟ ਆਲਮੋਸਟ ਸਟਾਰਟ ਹੋਣ ਲੱਗਿਆ ਜੀ. ਅਸੀਂ ਕਾਨਫਰੰਸ ਕਰਕੇ, ਪ੍ਰੈਸ ਕਾਨਫਰੰਸ ਕਰਕੇ ਅਨਾਊਂਸ ਕਰਾਂਗੇ, ਅਤੇ ਬਹੁਤ ਜਲਦੀ ਤੁਹਾਨੂੰ ਲੀਡ 'ਤੇ ਦੇਖਾਂਗੇ ਜੀ. ਪਰ ਇੱਕ ਹੁੰਦਾ ਨਾ ਕਿ ਪਹਿਲੀ ਮੂਵੀ 'ਚ ਤੁਸੀਂ ਵਿਲਨ ਰੋਲ ਚੂਜ਼ ਕੀਤਾ, ਕਿਉਂਕਿ ਐਕਟਰ ਇੱਕ ਵਿਲਨ ਰੋਲ ਬਹੁਤ ਮੁਸ਼ਕਲੇ ਚੂਜ਼ ਕਰਦਾ, ਕਿਉਂਕਿ ਉਹਨੂੰ ਲੱਗਦਾ ਕਿ ਸ਼ਾਇਦ ਉਹਦੀ ਇਮੇਜ ਹੀ ਉੱਦਾਂ ਬਣ ਜਾਵੇਗੀ. ਜਦੋਂ ਤੁਸੀਂ ਵਿਲਨ ਰੋਲ ਚੂਜ਼ ਕੀਤਾ, ਕੀ ਸੋਚਿਆ ਸੀ ਕਿ ਮਤਲਬ ਕਿ ਮੇਰੀ ਇਮੇਜ ਸ਼ਾਇਦ ਚੇਂਜ ਨਾ ਹੋ ਜਾਵੇ, ਕਿ ਠੀਕ ਹੈ ਮਤਲਬ ਬਾਅਦ 'ਚ ਮੈਂ ਐਕਟਿੰਗ ਐਕਟਰ ਦਾ ਰੋਲ ਕਰ ਲੂੰਗਾ? ਕਹਿੰਦੇ ਹੁੰਦੇ ਨਾ ਜੀ, ਕਾਲਜ ਦੇ ਵਿੱਚ, ਬਹੁਤ ਵੱਡੇ ਕਾਲਜ ਦੇ ਵਿੱਚ, ਕਿਸੇ ਇੰਸਟੀਚਿਊਟ ਦੇ ਵਿੱਚ ਦਾਖਲਾ ਲੈਣਾ ਔਖਾ ਹੁੰਦਾ ਜੀ. ਤੁਹਾਨੂੰ ਐਂ ਹੁੰਦਾ ਇੱਕ ਵਾਰੀ ਦਾਖਲਾ ਮਿਲ ਜਾਵੇ ਜੀ, ਸੈਕਸ਼ਨ ਚਾਹੇ ਮੇਰਾ ਸੀ ਹੋਵੇ ਜੀ ਜੀ ਜੀ, ਉਹਨਾਂ ਵਿੱਚ ਚਾਹੇ ਮੈਂ ਸੀ, ਏ ਬੀ ਵਾਲੇ ਹੁਸ਼ਿਆਰ ਬੱਚੇ ਚਾਹੇ ਹੁਸ਼ਿਆਰ ਰਹਿਣ, ਮੈਂ ਚਾਹੇ ਸੀ 'ਚ ਬਹਿ ਜਾਵਾਂ, ਪਰ ਮੇਰਾ ਇੰਸਟੀਚਿਊਟ ਦੇ ਵਿੱਚ ਦਾਖਲਾ ਹੋਣਾ ਜ਼ਰੂਰੀ ਹੈ ਜੀ. ਇੱਦਾਂ ਹੀ ਹੁਣ ਮੇਰਾ ਮੂਵੀਜ਼ ਦੇ ਵਿੱਚ ਮੇਰੀ ਐਂਟਰੀ ਮੈਨੂੰ ਆਇਆ ਸੀ, ਚਾਹੇ ਉਹ ਵਿਲਨ ਹੈ, ਚਾਹੇ ਉਹ ਐਕਟਰ ਹੈ, ਚਾਹੇ ਉਹ ਫੀਮੇਲ ਹੈ, ਐਕਟਰ ਇੱਕ ਐਕਟਰ ਹੁੰਦਾ ਜੀ, ਐਕਟਿੰਗ ਉੱਪਰ ਹੈ, ਰੋਲਸ ਉਸ ਤੋਂ ਬਾਅਦ. ਸੋ ਮੈਨੂੰ ਐਂ ਸੀ ਜੇ ਮੈਂ ਐਪਰੀਸ਼ੀਏਟ ਹੋਣਾ ਹੋਇਆ, ਜੇ ਮੇਰੇ ਕਰਮਾਂ 'ਚ ਹੋਇਆ, ਤਾਂ ਮੈਂ ਇਹਨੂੰ ਵੀ ਵਧੀਆ ਕਰਕੇ ਹੋ ਸਕਦਾ. ਸੋ ਮੈਂ ਸੋਚਿਆ ਨਹੀਂ ਕੁਛ. ਪੰਕਜ ਬੱਤਰਾ ਸਾਹਿਬ 'ਤੇ ਬੜਾ ਟਰੱਸਟ ਸੀਗਾ, ਬੜੇ ਜ਼ਬਰਦਸਤ ਡਾਇਰੈਕਟਰ ਨੇ, ਵਾਈਟ ਹਿਲ 'ਤੇ ਬੜਾ ਟਰੱਸਟ ਸੀਗਾ, ਪ੍ਰੋਡਕਸ਼ਨ ਹਾਊਸ ਬਹੁਤ ਵੱਡਾ, ਸੋ ਅੱਖਾਂ ਮੀਚ ਕੇ ਚੱਕਦੇ ਫੱਟਿਆ. ਅੰਮ੍ਰਿਤ ਜੀ, ਹੁਣ ਤੁਸੀਂ ਇੱਕ ਨਵਾਂ ਪ੍ਰੋਡਕਸ਼ਨ ਹਾਊਸ ਖੋਲਿਆ ਆਪਣਾ, ਅਤੇ ਉਹਦੇ ਤੋਂ ਹੀ ਤੁਹਾਡਾ ਇੱਕ ਨਵਾਂ ਗੀਤ ਵੀ ਆ ਰਿਹਾ ਹੈ. ਪਹਿਲਾਂ ਤਾਂ ਇਸ ਪ੍ਰੋਡਕਸ਼ਨ ਹਾਊਸ ਬਾਰੇ ਦਰਸ਼ਕਾਂ ਨੂੰ ਦੱਸ ਦਿਓ. ਬੰਬ ਬੀਟਸ ਦੇ ਨਾਮ ਤੋਂ ਮੇਰਾ ਗਾਣਾ ਬੰਬ ਜੱਟ, ਪਹਿਲਾਂ ਜਦੋਂ ਰਿਲੀਜ਼ ਹੋਇਆ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਸਾਰੇ ਜਾਣਿਆਂ ਨੇ, ਅਤੇ ਬੰਬ ਬੀਟਸ ਜਿਹੜਾ ਪ੍ਰੋਡਕਸ਼ਨ ਹਾਊਸ ਹੈ ਸਾਡਾ, ਅਸੀਂ ਅਫੀਸ਼ੀਅਲੀ ਖੋਲ੍ਹ ਲਿਆ ਜੀ. ਮੇਰੇ ਵੀਰ ਭਰਾ ਆਪਣੇ ਅਮਰਦੀਪ ਸਿੰਘ ਸਿੱਧੂ, ਹਰਿੰਦਰ ਸਿੰਘ ਧਾਲੀਵਾਲ, ਸਿਮਰ ਧਾਲੀਵਾਲ, ਇਹ ਸਾਰੇ ਰਲ ਕੇ ਉਸ 'ਤੇ ਇਨਪੁੱਟ ਦੇ ਰਹੇ ਆ ਜੀ. ਬਾਬਾ ਸੁੱਖ ਰੱਖੇ, ਬਹੁਤ ਜਲਦੀ ਨਵੇਂ ਨਵੇਂ ਗਾਣੇ ਉਸ ਪ੍ਰੋਡਕਸ਼ਨ ਹਾਊਸ 'ਤੇ ਲੈ ਕੇ ਆਵਾਂਗੇ, ਕਿਉਂਕਿ ਆਰਟਿਸਟ ਉਨ੍ਹਾਂ ਚਿਰ ਸਟਰੋਂਗ ਹੈ ਜਿੰਨਾ ਚਿਰ ਉਹਦੀ ਟੀਮ ਸਟਰੋਂਗ ਹੈ, ਭਰਾ ਸਟਰੋਂਗ ਹੈ. ਜੇ ਬਾਹਾਂ ਸੱਜੀਆਂ ਖੱਬੀਆਂ ਬਾਹਾਂ ਸਟਰੋਂਗ ਹੈ, ਤਾਂ
ਖੁਦ ਸਟਰੋਂਗ ਹੈ ਸੋ ਅਸੀਂ ਜਿਹੜਾ ਬੰਬ ਬੀਟਸ ਨਾਮ ਦਾ ਰੈਕਡ ਲੇਬਲ ਖੋਲ੍ਹਿਆ ਅਤੇ ਟ੍ਰੈਂਡਿੰਗ ਨਖਰਾ ਗੀਤ ਜਿਹੜਾ ਸਾਡਾ ਆਇਆ ਜੀ ਅਤੇ ਗੁਰੂ ਮਹਾਰਾਜ ਦੀ ਬਸ ਜੀ ਇੱਦਾਂ ਮਿਹਰ ਰਹੀ ਇੱਕ ਦਿਨ ਤਰੱਕੀਆਂ ਕਰਾਂਗੇ ਇਹਦੇ ਵਿੱਚ ਵੀ ਪਰ ਅੰਮ੍ਰਿਤ ਮਾਨ ਜੀ ਤੁਹਾਡੇ ਨਾਲ ਡਿਮਾਂਡ ਹੈ ਕਿਉਂਕਿ ਹਰ ਕੰਪਨੀ ਚਾਹੁੰਦੀ ਹੈ ਹਰ ਲੇਬਲ ਚਾਹੁੰਦਾ ਹੈ ਕਿ ਤੁਸੀਂ ਉਹਨਾਂ ਲਈ ਗੀਤ ਗਾਓ ਫਿਰ ਵੀ ਇਸ ਦੇ ਬਾਵਜੂਦ ਤੁਸੀਂ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਣ ਬਾਰੇ ਕਿਵੇਂ ਸੋਚਿਆ ਇੰਨਾ ਕਿ ਕੋਈ ਕੰਪਲਸ਼ਨ ਨਹੀਂ ਹੈ ਕਿ ਮੈਂ ਸਾਰੇ ਗਾਣੇ ਆਪਣੇ ਰੈਕਡ ਲੇਬਲ 'ਚ ਹੀ ਕਰਨੇ ਹੈ ਜਾਂ ਕੁਛ ਹੋਰ ਰੈਕਡ ਲੇਬਲ ਅਸੀਂ ਲਾਇਆ ਹੋਰ ਗਾਣੇ ਵੀ ਅਸੀਂ ਬਹੁਤ ਹੋਰ ਆਰਟਿਸਟਾਂ ਦੇ ਵੀ ਕਰਨੇ ਹੈ ਇਹ ਨਹੀਂ ਗਾ ਕੋਈ ਬੰਦਿਸ਼ ਨਹੀਂ ਕਿ ਮੇਰੇ ਗਾਣੇ ਹੀ ਆਉਣਗੇ ਬੰਬ ਬੀਟਸ ਦੇ ਵਿੱਚ ਸਾਰੇ ਆਰਟਿਸਟਾਂ ਨਾਲ ਕੰਮ ਕਰਾਂਗੇ ਮੈਂ ਵੀ ਸਾਰੀਆਂ ਕੰਪਨੀਆਂ ਨਾਲ ਕੰਮ ਕਰੂੰਗਾ ਇਟਸ ਲਾਈਕ ਇੱਕ ਘਰ ਦੀ ਚੀਜ਼ ਅਸੀਂ ਓਪਨ ਕੀਤੀ ਹੈ ਉਹਨੂੰ ਇੱਕ ਗਾਣਾ ਮਤਲਬ ਸਾਲ ਦੇ ਦੋ ਗਾਣੇ ਕਰ ਲਏ ਕਦੇ ਤਿੰਨ ਕਰ ਲਏ ਕਦੇ ਇੱਕ ਕੀਤਾ ਮਤਲਬ ਸਿਚੁਏਸ਼ਨ ਦੇ ਅਕੋਰਡਿੰਗ ਬੰਬ ਬੀਟਸ ਦੇ ਨਾਲ ਅੰਮ੍ਰਿਤ ਮਾਨ ਹਮੇਸ਼ਾ ਖੜਾ ਤੇ ਪਰ ਐਂ ਕੰਪਲਸ਼ਨ ਕੋਈ ਨਹੀਂ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਨੇ ਜੀ ਬੰਬ ਬੀਟਸ ਦੇ ਦਰਵਾਜ਼ੇ ਵੀ ਸਾਰਿਆਂ ਲਈ ਖੁੱਲ੍ਹੇ ਨੇ ਤੇ ਮੇਰੇ ਦਰਵਾਜ਼ੇ ਵੀ ਸਾਰਿਆਂ ਲਈ ਖੁੱਲ੍ਹੇ ਜੀ ਹੁਣ ਟ੍ਰੈਂਡਿੰਗ ਨਖਰਾ ਜੇ ਰਿਲੀਜ਼ ਹੋ ਚੁੱਕਾ ਹੈ ਨਾ ਸਾਡਾ ਤੇ ਅਸੀਂ ਚਾਹਾਂਗੇ ਕਿ ਦੋ ਲਾਈਨਾਂ ਇਹਦੀਆਂ ਸੁਣਾ ਦਿਓ ਤੁਸੀਂ ਠੀਕ ਹੈ ਜੀ ਪੂਰਾ ਟ੍ਰੈਂਡਿੰਗ ਨਖਰਾ ਵੇ ਮੁੰਡਿਆਂ ਵਿੱਚ ਤੂੰ ਵੀ ਵੱਖਰਾ ਵੇ ਚਾਹ ਜਾ ਚੜ ਗਿਆ ਜਦੋਂ ਮੋੜ ਤੋਂ ਚੱਕਮੀ ਕਾਰ ਮੁੜੀ ਦੁਨੀਆਂ ਛੱਡੂ ਰਾਵੇ ਮੁੰਡਿਆ ਬਾਂਹ ਵਿੱਚ ਪਾ ਕੇ ਬਾਂਹੇ ਮੁੰਡਿਆ ਅੜਬ ਦੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ ਦੁਨੀਆਂ ਛੱਡੂ ਰਾਵੇ ਮੁੰਡਿਆ ਬਾਂਹ ਵਿੱਚ ਪਾ ਕੇ ਬਾਂਹੇ ਮੁੰਡਿਆ ਅੜਬ ਦੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ ਵਾਹ ਜੀ ਵਾਹ ਹੁਣ ਇਸ ਤੋਂ ਬਾਅਦ ਜੇ ਮੈਂ ਤੁਹਾਨੂੰ ਇੱਕ ਕੁਐਸਚਨ ਪਰਸਨਲੀ ਪੁੱਛਣਾ ਚਾਹਾਂਗੀ ਕਿ ਤੁਸੀਂ ਬੀਟਸ ਗਾਣੇ ਬਹੁਤ ਗਾਏ ਨੇ ਹੈ ਨਾ ਇਸ ਦੇ ਵਿੱਚ ਹੀ ਇੱਕ ਫੈਨ ਤੁਹਾਡੇ ਫੈਨਸ ਇਹ ਵੀ ਚਾਹੁੰਦੇ ਨੇ ਕਿ ਤੁਹਾਡੇ ਵੱਲੋਂ ਇੱਕ ਮਤਲਬ ਕਹਿੰਦੇ ਨਾ ਰੋਮਾਂਟਿਕ ਸੌਂਗ ਅਤੇ ਸੈਡ ਸੌਂਗ ਵੀ ਆਉਣ ਅਤੇ ਉਹ ਇਹੋ ਜਿਹਾ ਗੀਤ ਤੁਸੀਂ ਕਦ ਕੱਢ ਰਹੇ ਹੋ ਇਹੋ ਜਿਹਾ ਗੀਤ ਹੁਣ ਫਿਰ ਮੈਂ ਕੋਸ਼ਿਸ਼ ਦੋ ਤਿੰਨ ਗੀਤ ਮੈਂ ਬਣਾਏ ਆ ਉਹਨਾਂ 'ਚ ਇੱਕ ਸਿਲੈਕਟ ਕਰੂੰਗਾ ਹੋਪਫੁਲੀ ਇਸ ਸਾਲ ਤੁਹਾਨੂੰ ਇੱਕ ਅਸੀਂ ਰੋਮੈਂਟਿਕ ਪ੍ਰੋਪਰ ਰੋਮੈਂਟਿਕ ਕਿਉਂਕਿ ਇਹਦਾ ਥੋੜ੍ਹਾ ਬੀਟ ਰੋਮੈਂਟਿਕ ਆ ਗਿਆ ਸੀ ਟ੍ਰੈਂਡਿੰਗ ਨਖਰਾ ਪ੍ਰੋਪਰ ਰੋਮੈਂਟਿਕ ਗਾਣਾ ਇੱਕ ਪੱਕਾ ਦੇਣਾ ਹੈ ਕਿ ਸਾਰਿਆਂ ਦੇ ਲਾਂਭੇ ਲਾ ਦੇਣੇ ਬਸ ਸਹੀ ਗੱਲ ਹੈ ਫਿਰ ਹੈ ਨਾ ਇਸ ਦੇ ਨਾਲ ਹੀ ਅਸੀਂ ਇੰਟਰਵਿਊ ਖਤਮ ਕਰਨਾ ਹੈ ਪਰ ਮੈਂ ਪਰਸਨਲੀ ਤੁਹਾਡੇ ਤੋਂ ਪੈਗ ਦੀ ਵਾਸ਼ਨਾ ਸੁਣਨਾ ਚਾਹੁੰਦੀ ਹਾਂ ਲੜਦੀ ਅਤੇ ਖਿਨੇਰੀ ਕੰਡ ਵਰਗੀ ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ ਲੜਦੀ ਅਤੇ ਖਿਨੇਰੀ ਕੰਡ ਵਰਗੀ ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ ਹੋਏ ਉੱਠ ਤੜਕੇ ਜਿਹਨੂੰ ਚਮਕਾਉਂਦੀ ਹੋ ਮਿੱਤਰਾਂ ਦੇ ਪਿਸਟਲ ਨੂੰ ਦੱਬ ਕੇ ਸਰਾਣੇ ਸੌਂਦੀ ਹੋ ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ ਪੈਗ ਦੀ ਵਾਸ਼ਨਾ ਆਉਂਦੀ ਹੋ ਜੱਟਾਂ ਦੇ ਨਾ ਨੇੜੇ ਲੱਗਦੀ ਥੈਂਕ ਯੂ ਸੋ ਮਚ ਅੰਮ੍ਰਿਤ ਜੀ ਤੁਸੀਂ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਵਧੀਆ ਲੱਗਾ ਥੈਂਕ ਯੂ ਸੋ ਮਚ ਥੈਂਕ ਯੂ ਤੇ ਮਿਲਦੇ ਹਾਂ ਅਗਲੇ ਹਫਤੇ ਕੁਝ ਹੋਰ ਨਵੇਂ ਸੈਲੀਬ੍ਰਿਟੀਜ਼ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ